ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਬੀਤੇ ਦਿਨੀ ਮੋਗਾ ਦੇ ਪਿੰਡ ਝੰਡਿਆਣਾ ਗਰਭੀ ਦੀ ਇੱਕ ਔਰਤ ਜਸਵੀਰ ਕੌਰ ਨਾਲ ਉਸਦੇ ਪਤੀ ਨੇ, ਜੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ, ਉਸ ਨਾਲ ਕੁੱਟ ਮਾਰ ਕਰ ਉਸਦਾ ਮੂੰਹ ਕਾਲਾ ਕਰ ਉਸ ਨੂੰ ਪੂਰੇ ਪਿੰਡ ਵਿੱਚ ਘੁਮਾਇਆ ਸੀ, ਜਿਸ ਤੋਂ ਬਾਅਦ ਪੀੜਤ ਔਰਤ ਨੇ ਥਾਣੇ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪੀੜਤ ਔਰਤ ਦੇ ਹੱਕ 'ਚ ਸਿੱਖ ਜਥੇਬੰਦੀਆਂ ਅੱਗੇ ਆਈਆਂ ਸਨ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਸੀ ਕਿ ਹੌਲਦਾਰ ਗੁੰਡਾਗਰਦੀ ਕਰਦਾ ਹੈ। ਉਹਨਾਂ ਕਈ ਵਾਰ ਆਰੋਪੀ ਪਤੀ ਨਾਲ ਇਸ ਮਾਮਲੇ ਤੇ ਸੰਪਰਕ ਕੀਤਾ ਸੀ, ਪਰ ਉਹ ਰਾਜ਼ੀਨਾਮਾ ਕਰਨ ਲਈ ਕਹਿਣ ਲੱਗਾ। ਉਹਨਾਂ ਕਿਹਾ ਹੈ ਕਿ ਪਤੀ ਦੇ ਡਰ ਦੇ ਕਾਰਨ ਕੋਈ ਵੀ ਪਿੰਡ ਵਾਲਾ ਬੋਲਣ ਨੂੰ ਤਿਆਰ ਨਹੀਂ ਅਤੇ ਨਾ ਹੀ ਉਸ ਸਮੇਂ ਦੀ ਵੀਡੀਓ ਜਾਂ ਕੋਈ ਫੋਟੋ ਦੇਣ ਨੂੰ ਤਿਆਰ ਸੀ। ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਆਗੂ ਪੀੜਤਾਂ ਨਾਲ SSP ਦਫ਼ਤਰ ਵੀ ਗਏ ਸਨ, ਪਰ ਪਤੀ ਦਾ ਪੁਲਸੀਆ ਰੋਬ ਹੋਣ ਕਰਕੇ ਕੋਈ ਵੀ ਬੋਲ ਨਹੀਂ ਰਿਹਾ ਸੀ। ਪਰ ਜਦੋਂ ਇਸ ਘਟਨਾ ਦੀ ਸਾਰੀ ਸੱਚਾਈ ਸਾਂਝ TV ਤੇ ਖ਼ਬਰ ਰਾਹੀਂ ਲੋਕਾਂ ਸਾਹਮਣੇ ਲਿਆਂਦੀ, ਤਾਂ ਪੁਲਿਸ ਨੇ ਪੀੜਤ ਔਰਤ ਦੇ ਪਤੀ ਇੰਦਰਜੀਤ ਸਿੰਘ ਨੂੰ ਦਬੋਚ ਲਿਆ। ਦੱਸ ਦਈਏ ਕਿ ਮਹਿਲਾ ਕਮਿਸ਼ਨ ਦੀ ਕੁਰਕੀ ਤੋਂ ਬਾਅਦ ਮੋਗਾ ਪੁਲਿਸ ਨੇ ਹੌਲਦਾਰ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਸੰਬੰਧੀ ਡਿਪਟੀ ਪਰਮਜੀਤ ਸਿੰਘ ਸੰਧੂ ਦਾ ਕਹਿਣਾ ਸੀ ਕਿ ਸਾਨੂੰ ਹੌਲਦਾਰ ਇੰਦਰਜੀਤ ਖਿਲਾਫ ਉਸਦੀ ਪਤਨੀ ਨੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕਾਰਵਾਈ ਕਰ ਉਸਦੇ ਆਰੋਪੀ ਪਤੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੈਡੀਕਲ ਕਰਵਾ ਕੇ ਅਦਾਲਤ 'ਚ ਪੇਸ਼ ਕਰ ਸਾਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਾਮਲੇ 'ਤੇ ਪੰਜਾਬ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦਿਆਂ ਇਸ ਮਾਮਲੇ ਦੀ 4 ਦਿਨਾਂ ਅੰਦਰ ਰਿਪੋਰਟ ਮੰਗੀ ਹੈ। ਅਸੀਂ 23 ਜਨਵਰੀ ਨੂੰ ਜਸਵੀਰ ਕੌਰ ਦਾ ਬਿਆਨ ਲਿਖ ਕੇ ਉਹਦੇ ਹਸਬੈਂਡ ਦੇ ਖਿਲਾਫ਼ ਅਸੀਂ ਕੇਸ ਰਜਿਸਟਰ ਕੀਤਾ ਸੀ ਅਤੇ ਉਸ ਤੋਂ ਬਾਅਦ ਉਹਦੀ ਭਾਲ ਕੀਤੀ ਜਾ ਰਹੀ ਸੀਗੀ, ਉਹ ਸਾਨੂੰ ਨਹੀਂ ਸੀ ਮਿਲਿਆ। ਅੱਜ ਸਵੇਰੇ ਸਾਨੂੰ ਉਹ ਸਾਨੂੰ ਪਤਾ ਲੱਗਣ 'ਤੇ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਅਤੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ। ਉਹਦਾ ਰਿਮਾਂਡ ਹਾਸਲ ਕਰਕੇ ਜਿਹੜਾ ਅਸੀਂ ਉਹਦੀ ਇਸ ਕੇਸ ਦੀ ਤਹਿ ਤੱਕ ਜਾਊਗਾ। ਅਤੇ ਸਰ ਕੀ ਆਰੋਪ ਲਗਾਏ ਸੀਗੇ ਜਸਵੀਰ ਕੌਰ ਵੱਲੋਂ? ਜਸਵੀਰ ਕੌਰ ਵੱਲੋਂ ਆਰੋਪ ਇਹ ਲਗਾਏ ਗਏ ਸੀ ਵੀ ਜਿਹੜਾ ਮੇਰਾ ਪਤੀ ਆ, ਉਹ ਮੈਨੂੰ ਤੰਗ ਪਰੇਸ਼ਾਨ ਕਰਦਾ, ਕੁੱਟਦਾ ਮਾਰਦਾ ਅਤੇ ਉਹ ਮੇਰੇ ਨਾਲ ਜਿਹੜਾ ਗੈਰ ਕੁਦਰਤੀ ਸੰਭੋਗ ਕਰਦਾ। ਅਤੇ ਹੁਣ ਸਰ ਗ੍ਰਿਫਤਾਰੀ ਤੋਂ ਬਾਅਦ ਕੀ ਕੀਤਾ ਗਿਆ ਜੀ? ਉਹਦਾ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰ ਰਹੇ ਹਾਂ, ਉਹਦਾ ਪੁਲਿਸ ਰਿਮਾਂਡ ਹਾਸਲ ਕਰਨਾ, ਪੁਲਿਸ ਰਿਮਾਂਡ ਹਾਸਲ ਕਰਕੇ ਅਤੇ ਜਿਹੜਾ ਇਸ ਕੇਸ ਦੇ ਪੂਰੇ ਵੇਰਵੇ ਜਿਹੜੇ ਉਹ ਇਕੱਠੇ ਕੀਤੇ। ਇੰਦਰਜੀਤ, ਤੁਹਾਡੇ 'ਤੇ ਆਰੋਪ ਲੱਗੇ ਕਿ ਤੁਸੀਂ ਆਪਦੀ ਪਤਨੀ ਨੂੰ ਵਾਲ ਕੱਟ ਕੇ ਉਹਦਾ ਮੂੰਹ ਕਰਕੇ ਘੁਮਾਇਆ, ਕੀ ਕਹੋਗੇ ਤੁਸੀਂ? ਸਰ ਇਹਦੇ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ, ਕਿਉਂਕਿ ਮੈਂ ਉਹਨੂੰ ਕਿਸੇ ਬੰਦੇ ਨਾਲ ਰੰਗੇ ਹੱਥੀ ਫੜਿਆ ਜੀ। ਪਹਿਲਾਂ ਬਹੁਤ ਨਜਾਇਜ਼ ਸੰਬੰਧ ਸੀਗੇ ਜੀ ਮੇਰੇ ਕੋਲ, ਉਹਦੇ ਸਬੂਤ ਪਏ ਜੀ। ਮੈਂ ਯੂਟਿਊਬ 'ਤੇ ਪਹਿਲਾਂ ਵੀਡੀਓ ਦੇਖਿਆ ਉਹਨਾਂ ਦੀ, ਮੈਨੂੰ ਸਬੂਤ ਉਹਨਾਂ ਦਾ ਵੀ ਮੇਰੇ ਕੋਲ ਹੈ ਨਹੀਂ ਗੇ, ਪਰ ਉਹ ਹੈਗੇ ਆ ਜੀ। ਸਫਾਈ ਮੈਂ ਆਪਣੀ ਕੋਰਟ 'ਚ ਦੇ ਸਕਦਾ ਜੀ, ਕਿਉਂ ਕੈਮਰੇ ਅੱਗੇ ਦੱਸ ਕੇ ਵੀ ਮੈਨੂੰ ਸਫਾਈ ਨਹੀਂ ਉਹਨੇ ਮਿਲਣੀ ਜੀ। ਮੇਰੇ 'ਤੇ ਸਾਰੇ ਇਲਜ਼ਾਮ ਝੂਠਾ ਜੀ, ਤੁਸੀਂ ਮੇਰੇ 'ਤੇ ਗੈਰ ਕਾਨੂੰਨੀ ਸੰਬੰਧਾਂ ਦਾ ਵੀ ਉਹਨੇ ਵੀ ਇਲਜ਼ਾਮ ਲਾਇਆ ਜੀ, ਬਿਲਕੁਲ ਝੂਠਾ ਜੀ। ਮੈਂ ਇੱਥੋਂ ਜਿੱਥੇ ਮਰਜ਼ੀ ਇਹ ਸਹੁੰ ਪਵਾ ਸਕਦੇ ਆ ਜੀ, ਜਿੱਥੇ ਮਰਜ਼ੀ ਜੀ। ਬਾਕੀ ਉਹ ਮੈਡੀਕਲ ਦੇ ਵਿੱਚ ਰਿਪੋਰਟ ਦੇ ਵਿੱਚ ਸਾਰਾ ਕੁਝ ਸੱਚ ਸਾਫ਼। ਤੁਸੀਂ ਆਪਦੀ ਪਤਨੀ ਨੂੰ ਵਾਲ ਕੱਟ ਕੇ ਮੂੰਹ ਕਾਲਾ ਕਰਕੇ ਪਿੰਡ 'ਚ ਘੁਮਾਇਆ ਸੀਗਾ? ਸਰ ਇਹ ਸਰ ਹੁਣ ਮੈਥੋਂ ਗਲਤੀ ਹੋਈ ਆ ਜੀ। ਘੁਮਾਇਆ ਸੀਗਾ? ਘੁਮਾਇਆ ਨਹੀਂ ਸਰ, ਗਲਤੀ ਉਹ ਗੁੱਸੇ 'ਚ ਹੋਈ ਆ ਜੀ, ਘੁਮਾਇਆ ਨਹੀਂ ਮੈਂ ਜੀ। ਉਹ ਮੈਂ ਘਰੇ ਸੀਗਾ ਜੀ, ਵਾਲ ਉਹਨੇ ਆਪ ਹੀ ਪਹਿਲਾਂ ਕੱਟੇ ਸੀ, ਲੜਕੀ ਦੇ ਹੀ ਵਾਲ ਕੱਟੇ ਹੋਏ ਜੀ। ਲੜਕੀ ਪਹਿਲਾਂ ਮੇਰੀ ਕਾਲ ਅਕੈਡਮੀ 'ਚ ਪੜ੍ਹਦੀ ਸੀਗੀ, ਉਦੋਂ ਬਾਅਦ ਲੜਕੀ ਦੇ ਵਾਲ ਉਹਨੇ ਕਟਵਾ ਕੇ ਉਹਨੂੰ SK ਸਕੂਲ 'ਚ ਲਾਇਆ ਜੀ। ਉਸ ਤੋਂ ਬਾਅਦ ਉਹ ਆਪ ਵੀ ਆ, ਲੜਕੀ ਮੈਨੂੰ ਆਉਂਦੀ ਹੁੰਦੀ ਸੀ ਮੈਂ ਪਟੇ ਰੱਖਣੇ ਛੋਟੇ ਕਰਨੇ ਆ ਜੀ, ਪਰ ਮੈਂ ਕਿਹਾ ਵੀ ਨਹੀਂ ਕਰਨੇ ਜੀ। ਤੁਸੀਂ ਕਹਿ ਰਹੇ ਸਰ ਮੈਂ ਨਹੀਂ ਪਿੰਡ 'ਚ ਘੁਮਾਇਆ ਜੀ, ਉਹ ਆਪ ਹੀ ਪਿੰਡ 'ਚ ਭੱਜ ਕੇ ਨਿਕਲ ਗਈ। ਤੁਸੀਂ ਕਹਿ ਰਹੇ ਹੋ ਗਲਤੀ ਹੋ ਗਈ ਮੇਰੇ ਤੋਂ? ਗਲਤੀ ਮੇਰੇ ਤੋਂ ਹੋਈ ਆ ਵੀ ਸਰ ਉਹ ਬਾਹਰ ਨਿਕਲ ਕੇ ਕਰੋ ਜੀ, ਮੈਂ ਨਹੀਂ ਹੋਣੀ ਚਾਹੀਦਾ ਸੀ ਆਏ ਜੀ, ਉਹਨੇ ਮੈਂ ਕੱਟ ਕੇ ਬਾਹਰ ਨਹੀਂ ਘੁਮਾਇਆ ਜੀ। ਤੁਸੀਂ ਉਹਨੂੰ ਘਰੇ ਵੀ ਕੁੱਟਦੇ ਰਹੇ ਹੋ, ਮੂੰਹ 'ਚ ਜਰਾਬਾਂ ਪਾ ਕੇ ਵੀ ਕੁੱਟਦੇ ਰਹੇ? ਮੈਂ ਜਰਾਬਾਂ ਨਹੀਂ ਪਾਈਆਂ ਕਦੇ ਵੀ ਜੀ, ਬਸ ਉਹ ਮੈਂ ਗੈਰ ਬੰਦੇ ਨਾਲ ਦੇਖਿਆ ਤੇ ਉਹ ਮੈਂ ਖਿੱਚ ਤੂੰ ਜ਼ਰੂਰ ਕੀਤੀ ਆ ਜੀ, ਹੋਰ ਕੁਛ ਨਹੀਂ ਕੀਤਾ। ਮੋਗਾ ਤੋਂ ਸਾਂਝ TV ਲਈ ਚਮਕੌਰ ਸਿੰਘ ਲੋਪੋ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।